ਦੇ ਮੋੜ ਤੋਂ ਆ ਰਿਹਾ ਸੀ ਆਪਣੀ ਬਾਈਕ ਤੇ ਤੇ ਮੇਰੇ ਪਿੱਛੇ ਤਿੰਨ ਮੁੰਡੇ ਆਏ ਆ ਤੇ ਮੈਨੂੰ ਖਿਲਾਰ ਕੇ ਕਹਿੰਦੇ ਆ ਤੂੰ ਮੇਰੇ ਵੱਲ ਘੂਰਦਾ ਚਾਬੀ ਨਾ ਮੈਂ ਨਹੀਂ ਦੇਣੀ ਚਾਬੀ ਤੇ ਇਹਨਾਂ ਨੇ ਨਾ ਮੇਰੇ ਕੱਢ ਕੇ ਪਿਸਟਲ ਰੱਖਤਾ ਮੱਥੇ ਤੇ ਇਹਨਾਂ ਨੇ ਮੇਰੇ ਚਪੇੜਾ ਮਾਰੀਆਂ ਫਿਰ ਤੇ ਜਾਨ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਕਿੰਨੇ ਨੌਜਵਾਨ ਸੀ ਤਿੰਨ ਨੌਜਵਾਨ ਹੈਗੇ ਸੀ ਭਾਜੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣਾ ਲੋਡ ਕੀਤਾ ਤੁਸੀਂ ਵੀਡੀਓ ਵੇਖ ਸਕਦੇ ਹੋ ਤੁਹਾਨੂੰ ਮੈਂ ਵੀਡੀਓ ਵੀ ਭੇਜ ਦਿੱਤੀ ਆ ਉਹ ਘਰ ਦੇ ਬਾਹਰ ਸੀਸੀਟੀਵੀ ਨਾਲ ਭਾਜੀ ਸਰ ਕੀ ਆ ਮਾਮਲਾ ਜਿਹੜੀ ਇੱਕ ਸੀਸੀਟੀਵੀ ਵਾਇਰਲ ਹੋ ਰਹੀ ਹੈ ਕੀ ਆ ਪੂਰਾ ਮਾਮਲਾ ਆਪਣਾ ਨਾਮ ਦੱਸ ਭਾਜੀ ਮੇਰਾ ਨਾਮ ਜਤਿਨ ਆ ਤੇ ਮੈਂ ਇਸ ਗਲੀ ਦੇ ਮੋੜ ਤੋਂ ਆ ਰਿਹਾ ਸੀ ਆਪਣੀ ਬਾਈਕ ਤੇ ਮੇਰੇ ਪਿੱਛੇ ਤਿੰਨ ਮੁੰਡੇ ਆਏ ਆ ਤੇ ਮੈਨੂੰ ਖਿਲਾਰ ਕੇ ਕਹਿੰਦੇ ਆ ਤੂੰ ਮੇਰੇ ਵੱਲ ਘੂਰਨ ਦਿਆਂ ਵਾ ਇਹ ਗੱਲ ਹੋਈ ਹੈ ਮੈਂ ਵਪਾਰੀ ਬੰਦਾ ਭਾਜੀ ਸਵੇਰ ਤੋਂ ਲੈ ਕੇ ਸ਼ਾਮ ਤੋਂ ਕੰਮ 'ਤੇ ਰਹਿਣਾ ਸ਼ਾਮੀ ਆਉਣਾ ਅਤੇ ਮੈਨੂੰ ਆ ਕੇ ਕਹਿੰਦੇ ਬੁਲਟ ਦੀ ਚਾਬੀ ਲਾ ਅਤੇ ਹੁਣ ਮੈਨੂੰ ਨਹੀਂ ਪਤਾ ਭਾਜੀ ਇਹ ਲੁੱਟ ਖੋਹ ਕਰਨਾ ਹੈ ਕੀ ਕਰਨਾ ਹੈ ਆ ਕੇ ਨਾ ਇਹਨੂੰ ਮੈਂ ਕਿਹਾ ਮੈਂ ਨਹੀਂ ਦੇਣੀ ਚਾਬੀ ਅਤੇ ਇਹਨਾਂ ਨੇ ਨਾ ਮੇਰੇ ਕੱਢ ਕੇ ਪਿਸਟਲ ਰੱਖਤਾ ਮੱਥੇ 'ਤੇ ਕਹਿੰਦੇ ਇੱਥੇ ਬੁਲਟ ਦੇ ਉਤਰ ਕੇ ਫਿਰ ਭਾਜੀ ਮੈਂ ਕਿਹਾ ਨਹੀਂ ਭਾਜੀ ਮੇਰਾ ਬੁਲਟ ਹੈ ਮੈਂ ਇੱਦਾਂ ਨਹੀਂ ਉਤਰਨਾ ਜੋ ਵੀ ਇਹਨਾਂ ਨੇ ਮੇਰੇ ਚਪੇੜਾ ਮਾਰੀਆਂ ਫਿਰ ਅਤੇ ਪਿਸਟਲ ਇਹਨਾਂ ਨੇ ਦਿਖਾਇਆ ਵਾ ਅਤੇ ਉੱਪਰ ਸੀਸੀਟੀਵੀ ਕੈਮਰੇ ਵੀ ਲੱਗੇ ਆ ਜਿਹਦੇ ਘਰ ਦੇ ਬਾਹਰ ਵਾਰਦਾਤ ਹੋਈ ਆ ਇਹ ਅਤੇ ਉੱਪਰੋਂ ਅੰਕਲ ਜੀ ਨੇ ਉਹਨਾਂ ਨੇ ਭਜਾਇਆ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਕਿੰਨੇ ਨੌਜਵਾਨ ਸੀ ਤਿੰਨ ਨੌਜਵਾਨ ਹੈਗੇ ਸੀ ਕਿਹੜੇ ਕਿਸ ਬਾਈਕ 'ਤੇ ਆਏ ਸੀ ਉਹ ਜੀ ਸਪਲੈਂਡਰ 'ਤੇ ਗਏ ਸੀ ਤੁਹਾਡੇ ਕੋਈ ਪੁਰਾਣੀ ਰੰਜੀ ਨਹੀਂ ਨਹੀਂ ਭਾਜੀ ਇੱਦਾਂ ਦਾ ਕੁਛ ਨਹੀਂ ਮੈਂ ਤਾਂ ਆਪਣਾ ਜਾ ਰਿਹਾ ਸੀ ਭਾਜੀ ਆਪਣਾ ਮੌਜ ਮਸਤੀ ਜਾ ਰਿਹਾ ਸੀ ਅਤੇ ਇਹਨਾਂ ਨੇ ਪਿੱਛੋਂ ਆ ਕੇ ਅਤੇ ਮੈਨੂੰ ਇੱਦਾਂ ਹਮਲਾ ਕੀਤਾ ਜੋ ਵੀ ਤੁਸੀਂ ਕਿੱਥੋਂ ਦੇ ਰਹਿਣ ਮੈਂ ਭਾਜੀ ਜੱਜ ਨਗਰ ਬਾਬਾ ਕਾਲੀ ਕਮਲੀ ਵਾਲੀ ਗਲੀ ਨੀਅਰ ਜੋੜਾ ਫਟਕ ਕਿੱਥੇ ਪੂਰੀ ਵਾਰਦਾਤ ਜਿਹੜੀ ਵਾਰਦਾਤ ਭਾਜੀ ਹੋਈ ਹੈ ਸ਼ਵਾਲਾ ਬੈਕ ਸਾਈਡ ਮੁਸਲਮਗੰਜ ਹੈਗਾ ਉਹਦੇ ਸਾਈਂ ਜੀ ਦੇ ਮੰਦਰ ਦੇ ਗਲੀ ਦੇ ਅੰਦਰ ਰਾਈਟ ਹੈਂਡ ਕੀ ਹੁਣ ਪੁਲਿਸ ਕੰਪਲੇਂਟ ਕੀਤੀ ਪੁਲਿਸ ਕੰਪਲੇਂਟ ਕੀਤੀ ਆ ਭਾਜੀ ਉਹ ਇਸ ਕੱਲ੍ਹ ਦਾ ਦਰਖਾਸਤ ਦਿੱਤੀ ਹੈ ਉਹ ਕਹਿੰਦੇ ਆ ਪਾਰਟੀ ਨੂੰ ਬੁਲਾਵਾਂਗੇ ਰਿਪੋਰਟ ਵੀ ਕਰਾਈ ਹੈ ਸਿਵਲ ਹਸਪੀਟਲ ਉੱਥੋਂ ਆਏ ਕਹਿੰਦੇ ਰਿਪੋਰਟ ਨਹੀਂ ਆਈ ਪਿਸਟਲ ਕੱਢੀ ਸੀ ਕਿ ਤੁਹਾਨੂੰ ਮਾਰਨ ਦੀ ਕੋਸ਼ਿਸ਼ ਵੀ ਭਾਜੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣਾ ਲੋਡ ਕੀਤਾ ਤੁਸੀਂ ਵੀਡੀਓ ਵੇਖ ਸਕਦੇ ਹੋ ਤੁਹਾਨੂੰ ਮੈਂ ਵੀਡੀਓ ਵੀ ਭੇਜ ਦਿੱਤੀ ਆ ਉਹ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਭਾਵੇਂ ਉਹਨਾਂ ਕੋਲ ਤੁਸੀਂ ਬਿਆਨ ਲਓ ਉਹਨਾਂ ਨੇ ਖੁਦ ਦੇਖਿਆ ਉੱਪਰੋਂ ਅੰਕਲ ਨੇ ਭਜਾਇਆ ਉਹਨਾਂ ਨੂੰ ਹੋਰ ਵੀ ਕੋਈ ਲੁੱਟ ਲੁੱਟ ਕੀਤੀ ਤੁਹਾਡੇ ਕੋਲ ਨਹੀਂ ਭਾਜੀ ਉਹ ਬਚਾਅ ਹੋ ਗਿਆ ਮੇਰਾ ਸ਼ੁਕਰ ਕਰੋ ਤੇ ਉਹ ਪਿਸਟਲ ਲੋਡ ਕੀਤੀ ਉਹ ਭੱਜ ਗਏ ਉੱਪਰੋਂ ਜਦੋਂ ਉਹਨਾਂ ਨੇ ਦਬਕਾ ਮਾਰਿਆ ਉਹ ਸਾਰੇ ਮਹੱਲੇ ਇਕੱਠਾ ਹੋ ਗਿਆ ਕੀ ਮੰਗ ਕਰਦੇ ਹੁੰਦੇ ਮੰਗ ਭਾਜੀ ਆਹੀ ਕਿ ਮੈਨੂੰ ਜਲਦ ਪੁਲਿਸ ਜਲਦੀ ਤੋਂ ਜਲਦੀ ਇਨਸਾਫ ਦੇਵੇ ਤੇ ਬਹੁਤ ਗਲਤ ਹੋਇਆ ਇਦਾਂ ਤੇ ਹਰ ਕੋਈ ਫਿਰ ਕੱਲ ਨੂੰ ਇਦਾਂ ਕਰੇਗਾ ਭਾਜੀ 18-18 ਸਾਲ ਦੇ ਬੱਚੇ ਤੇ ਦੱਸੋ ਨੋ ਪਿਸਟਲਾਂ ਫੜੀਆਂ ਯਾਰ ਕੱਲ ਇਹ ਤਿਲਕ ਨਗਰ 'ਚ ਲੱਗੇ 5 ਵਜੇ 5:30 ਵਜੇ ਦੀ ਗੱਲ ਆ ਮੁੰਡਾ ਜਤਨ ਸੀ ਉਹਨੂੰ ਮੁੰਡੇ ਮੋਟਰਸਾਈਕਲ 'ਤੇ ਆਏ ਬਿਨਾਂ ਕਿਸੇ ਗੱਲ ਤੋਂ ਉਹਦੇ ਨਾਲ ਲੜ ਪਏ ਉਹਦੇ ਸਿਰ 'ਚ ਸੱਟ ਲੱਗੀ ਕੜਾ ਵੱਜਣ ਕਰਕੇ ਪਿਸਟਲ ਦਾ ਵੀ ਕਹਿਣ ਡਿਆ ਸੀਸੀਟੀਵੀ ਦੇ ਲਈ ਹੈ ਫੁਟੇਜ ਵੀ ਲਈ ਹੈ ਉਹ ਦੂਸਰੀ ਪਾਰਟੀ ਕਹਿੰਦੇ ਕਿ ਅਸੀਂ ਕੱਲ੍ਹ ਆ ਕੇ ਆਪਣਾ ਬਿਆਨ ਦੇਵਾਂਗੇ ਜੋ ਹੋਊਗੀ ਕਾਰਵਾਈ ਪੁਲਿਸ ਕਰੇਗੀ ਸਰ ਦੂਸਰੀ ਪਾਰਟੀ ਵੱਲੋਂ ਜੇਕਰ ਜਿਹੜਾ ਪਿਸਟਲ ਤਾਣਿਆ ਗਿਆ ਉਹਦੇ ਬਾਰੇ ਕੋਈ ਪਤਾ ਚੱਲਿਆ ਕਿ ਉਹ ਕੀ ਵੈਰੀਫਾਈ ਕਰ ਰਹੇ ਹਾਂ ਜੀ ਪਿਸਟਲ ਲੈ ਕੇ ਵੈਰੀਫਾਈ ਕਰ ਰਹੇ ਹਾਂ ਪਿਸਟਲ ਇਹ ਕੀ ਆ ਖਡਾਉਣਾ ਸੀ ਕੀ ਆ ਉਹ ਵੈਰੀਫਾਈ ਹੋ ਰਿਹਾ ਬੰਦੇ ਜਿਹੜੇ ਹੈਗੇ ਇੱਕੋ ਦਾ ਨਾਮ ਪਤਾ ਲੱਗਾ ਉਹ ਘਰੋਂ ਭੱਜਿਆ ਠੀਕ ਹੈ ਸਰ ਕੋਈ ਲੁੱਟ ਦੇ ਸਾਹਮਣੇ ਆਏਗੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਸਰ ਚੌਂਕੀ ਤੋਂ ਕੋਈ ਦੂਰੀ ਤੋਂ ਇਸ ਤਰ੍ਹਾਂ ਦੀ ਵਾਰਦਾਤ ਹੋਣਾ ਕਿੱਦਾਂ ਨਹੀਂ ਚੌਂਕੀ ਤੋਂ ਬੜਾ ਹਟਵਾਂ ਜੀ ਕੀ ਮਾਮਲਾ ਦਰਜ ਕੀਤਾ ਗਿਆ ਅਜੇ ਕੰਪਲੇਂਟੈਂਟ ਨੇ ਮੈਨੂੰ ਕੋਈ ਸਟੇਟਮੈਂਟ ਨਹੀਂ ਦਿੱਤੀ ਉਹਦੀ ਜੋ ਸਟੇਟਮੈਂਟ ਹੋਏਗੀ ਉਹਦੇ ਮੁਤਾਬਕ ਕਾਰਵਾਈ ਕਰਾਂਗੇ